सुभान अल्लाह जी, माशाल्लाह। बहुत प्यारे जी, बहुत ही मज़ेदार और अच्छा भट्टी साहब पढ़ रहे हैं। वाह जी वाह, मोहम्मद रफीक भट्टी साहब बहुत ही मज़ेदार। बिस्मिल्लाहिर्रहमानिर्रहीम, यूट्यूब चैनल दे सब भैन भाइयों मेरे तरफ अस्सलाम वालेकुम। उम्मीद करने तुसीं ठीक हो, असीं अल्हम्दुलिल्लाह अल्लाह पाक दा शुक्र है ठीक। तो शुरू करने आ, दोपहर हो गई है, बच्चे स्कूलों आ गए हैं, तो अज का भी लोग तो बकरियां साड़ियां पट्ठे खा रही ने। सब भैन भाइयों वास्ते छोटी जी अपील है कि जिन्हें भैन भाई साड़ी वीडियो में देख रहे हैं सब्सक्राइब कर लिया करो प्लीज़, बड़ा मेहरबानी, और शेयर कर दिया करो और लाइक कर दिया करो। और सब भैन भाइयों को गुजारिश है कि साड़ी वीडियो में फुल वॉच कर करो और ज़्यादा तो ज़्यादा देखा करो, बहुत बहुत शुक्रिया। और इस दे नाल ही शुरू करने आज का व्लॉग, तो साड़ी वीडियो नू बिल्कुल ऊपर नहीं करना, आज फुल वाच करनी है जी। बेटा सब्जी बना दी है। सब्जी की बना रहे हो? भिंडियां नजर तो आ नहीं रही, कितने लुका के रखी? अच्छा महंगी हो गई ने, इतो या लुका के रखी? हाँ जी महंगी हो गई ने, बिल्कुल 200 रुपये किलो ने। हाँ जी। अच्छा चुप खिल दे। बेगम ने कावा बनाना शुरू कर दिता, तो साढ़े को ना टुटियां कोई 3-4 चीज़ा पईया सन, काम शाम तो चल नहीं रहा। कबाड़ के ना असं लोहा वेच के अज थोड़ा जहा सौदा लैके आए हैं, तो नाल थोड़ी जी सब्जी बना लगे हैं। तो सब भैन भाइयों की गुजारिश है साड़ी वीडियो में फुल वॉच करो। हाँ जी बेगम जी, की बन रहा? कावा बन रहे। अच्छा माशाल्लाह कावा बन रहा, पानी उबल गया, हम पत्ती पै गई। चलो जी माशाल्लाह कॉफी तैयार हो गई। हाँ जी ठीक है। ऐशा तो अमला ने शुरू कर दिता पीना, तो मेरे वास बेगम पा रही है कावा, जिस किसी भैन भाई ने पीना मोस्ट वेलकम, आके पी सकता। बहुत मजे का कावा बनता है ना, चीनी दूध ना भी हो ना, तो कावा बना लो तो माशाल्लाह सही। हाँ जी हाँ जी बिल्कुल, ये तो वह गल हुई ना, पैसे ना होने तो वाह जी वाह। माशाल्लाह असीं ना पट्ठे बनाना आए थे बकरियों वास्ते, ये छोटा बाग है, इन घा सारा सुक गया, वड्डा बाग ये सारा वाह दिता गया, इन्हें थले हुण पट्ठे नहीं आया। दूसरा बाग है उन्होंने चीमा साहब के भाई का, उस बाग के विचों असीं पट्ठे बनाए ने, बेगम ने चुक लेने पट्ठे।
ਤੇ ਹੁਣ ਅਸੀਂ ਚੱਲੇ ਆ ਘਰ ਨੂੰ। ਹਾਂਜੀ ਹੁਣ ਚੱਲੀਏ, ਪੱਠੇ ਚੁੱਕ ਲੈਣੇ, ਹੁਣ ਚੱਲੀਏ ਘਰ ਨੂੰ। ਹਾਂਜੀ ਚਲੋ ਜੀ, ਹੁਣ ਮੈਨੂੰ ਚੁਕਾ ਦਿਓ ਤੁਸੀਂ ਪੱਠੇ। ਸ਼ੁਕਰ ਅਲਹਮਦੁਲਿਲਾ, ਮਾਸ਼ਾਅੱਲਾ ਅਸੀਂ ਹਾਂਡੀ ਚੜਾਤੀ ਹੈ ਤੇ ਮਾਸ਼ਾਅੱਲਾ ਪਿਆਜ਼ ਮੈਂ ਵਿੱਚ ਪਾਤੇ ਨੇ, ਘਿਓ ਗਰਮ ਹੋ ਗਿਆ ਤੇ ਆ ਦੇਖੋ ਤੇ ਇਹ ਜਿੱਦ ਤੇ ਕਰ ਪਿਆਜ਼ ਤਿਆਰ ਹੁੰਦੇ ਨੇ। ਮੇਰੇ ਭੈਣ ਭਾਈਆਂ ਦਾ ਬਹੁਤ ਜ਼ਿਆਦਾ ਸ਼ੁਕਰੀਆ, ਬਹੁਤ ਜ਼ਿਆਦਾ ਸ਼ੁਕਰੀਆ ਸਾਡੀ ਵੀਡੀਓ ਵੇਖਣ ਦਿਓ, ਲਾਈਕ ਕਰਨ ਦਿਓ, ਸਬਸਕ੍ਰਾਈਬ ਕਰਨ ਦਿਓ, ਸ਼ੇਅਰ ਕਰਨ ਦਿਓ ਤੇ ਮਾਸ਼ਾਅੱਲਾ ਬਹੁਤ ਬਹੁਤ ਸ਼ੁਕਰੀਆ ਸਾਡੀ ਵੀਡੀਓ ਵੇਖਣ ਦਾ। ਅਤੇ ਇਹ ਹਾਂਡੀ ਪੱਕਣੀ ਦੀ ਹੈ ਅਤੇ ਬਾਕੀ ਕੰਮ ਦੇ ਹਾਲਾਤ ਐਸੇ ਨੇ ਕਿ ਤਿੰਨ ਚਾਰ ਦਿਨਾਂ ਤੋਂ ਭੈਣ ਭਾਈਆਂ ਦੇ ਨਾਲ ਰੂਟੀਨ ਸ਼ੇਅਰ ਨਹੀਂ ਕਰੀ, ਇਸ ਵਜ੍ਹਾ ਤੋਂ ਹੀ ਕਿ ਕੁਛ ਖਾਸ ਇੰਨਾ ਹੈ ਨਹੀਂ ਆ ਨਾ ਪਕਾਉਣ ਨੂੰ। ਅਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਕਿ ਭੈਣ ਭਾਈਆਂ ਦੇ ਨਾਲ ਨਾ ਚੰਗੀ ਜਿਹੀ ਵੀਡੀਓ ਸ਼ੇਅਰ ਕੀਤੀ ਕਰਾਂ। ਅਤੇ ਅੱਜ ਥੋੜ੍ਹੇ ਜਿੰਨੇ ਕੁਛ ਪਕਾਉਣ ਨੂੰ ਮਿਲਿਆ ਅਤੇ ਹੁਣ ਮੈਂ ਵਧੀਆ ਪਕਾਉਣ ਦੀ ਹਾਂ। ਅਤੇ ਆਉਂਦਾ ਤਾਂ ਸਕੂਲੋਂ ਵੀ ਆਈ ਹੈ ਇੱਕ ਦੋ ਵਾਰੀ ਆਵਾਜ਼, ਕਿ ਇਹਨੂੰ ਵਰਦੀ ਲੈ ਕੇ ਦਿਓ ਅਤੇ ਲੈ ਕੇ ਦਿੰਦੇ ਹਾਂ। ਟੀਚਰਾਂ ਤਾਂ ਫਿਰ ਟੀਚਰਾਂ ਹੁੰਦੀਆਂ ਨੇ, ਉਹ ਬੱਚਾ ਬਗੈਰ ਵਰਦੀ ਤੋਂ ਨਹੀਂ ਬਰਦਾਸ਼ਤ ਕਰਦੀਆਂ। ਅਤੇ ਆਟਾ ਵੀ ਨਹੀਂ ਆਇਆ ਅਤੇ ਆਟਾ ਅਸੀਂ ਸੁਬਹਾ ਦੁਪਹਿਰ ਵਾਲੀਆਂ ਰੋਟੀਆਂ ਸੁਬਹਾ ਦੀਆਂ ਪਈਆਂ ਨੇ ਉਹ ਨਾਲ ਖਾ ਲੈਣੀਆਂ ਨੇ ਅਤੇ ਬਾਕੀ ਹੁਣ ਮੈਂ ਹਾਂਡੀ ਬਣਾਉਣ ਦੀ ਹਾਂ ਅਤੇ ਭੈਣ ਭਾਈਆਂ ਦੇ ਨਾਲ ਅੱਗੇ ਚੱਲ ਕੇ ਰੂਟੀਨ ਸ਼ੇਅਰ ਕਰਨੇ ਆ। ਅੰਮੀ ਜੀ ਮੇਲੇ ਵੀ ਸੈਂਡਲ ਲੈਣ ਲਾ ਦੋ ਟੀਚਰ ਲੋਕ ਮਾਰ। ਬੇਟਾ ਤੈਨੂੰ ਵੀ ਸੈਂਡਲ ਲੈ ਕੇ ਦਿੰਦੇ ਹਾਂ, ਤੇਰੇ ਅੱਬੂ ਨੂੰ ਤਾਂ ਬੇਟਾ ਕੰਮ ਨਹੀਂ ਨਾ ਮਿਲਣ ਦਿਆ, ਜਾਂਦੇ ਨੇ ਆ ਜਾਂਦੇ ਨੇ ਸਹੀ ਤਰ੍ਹਾਂ ਹਿਸਾਬ ਦਾ ਅਤੇ ਪਾਈ ਦੀ ਤਾਂ ਵਰਦੀ ਵੀ ਨਹੀਂ। ਟੀਚਰ ਲੋਕ ਗੁੱਸਾ ਹੁੰਦੀਆਂ। ਚੱਲ ਕੁਛ ਕਰਨੇ ਆ ਬੇਟਾ, ਤੁਹਾਡਾ ਵੀ ਕੁਛ ਕਰਨੇ ਆ, ਦੋਨਾਂ ਭੈਣ ਭਾਈਆਂ ਦੀ ਕੁਛ ਕਰਨੇ ਆ। ਠੀਕ, ਪਾਈ ਕੋਲ ਵੀ ਜੁੱਤੀ ਨਹੀਂ ਹੈ, ਉਹਨੇ ਤਾਂ ਜਾਣਾ ਉਹਦੇ ਭਾਈ ਕੋਲ ਤਾਂ ਵਰਦੀ ਵੀ ਨਹੀਂ ਹੈ। ਹਾਂ ਉਹਨੇ ਜਾਣਾ ਵੀ ਬੜੀ ਦੂਰ ਹੁੰਦਾ ਹੈ। ਹਾਂਜੀ ਜੀ, ਮਸਾਲਾ ਪਾਤਾ, ਹਰੀਆਂ ਮਿਰਚਾਂ, ਟਮਾਟਰ, ਨਮਕ ਅਤੇ ਲਾਲ ਮਿਰਚਾਂ, ਚੀਲੀਆਂ ਦੇ ਵਿੱਚ ਮਸਾਲਾ ਮੈਂ ਪਾਤਾ ਤਾਂ ਹੁਣ ਪਿਆਜ਼ਾਂ ਦੇ ਵਿੱਚ, ਅਤੇ ਹੁਣ ਇਹਨਾਂ ਨੂੰ ਦੋ ਇੱਕ ਮਿੰਟ ਭੁੰਨਣੇ ਆ ਅਤੇ ਭਿੰਡੀਆਂ ਵੀ ਕੱਟ ਕੇ ਆ ਰੱਖੀਆਂ ਹੋਈਆਂ ਨੇ। ਆ ਦੇਖੋ ਸ਼ੁਕਰ ਅਲਹਮਦੁਲਿਲਾ, ਭਿੰਡੀਆਂ ਮੈਂ ਵਿੱਚ ਪਾਤੀਆਂ ਤਾਂ ਮਾਸ਼ਾਅੱਲਾ ਭੁੰਨਣ ਤੋਂ ਬਾਅਦ ਨਾ ਆ ਦੇਖੋ ਕਿੰਨੀਆਂ ਪਿਆਰੀਆਂ ਹੋ ਗਈਆਂ ਨੇ ਅਤੇ ਘਿਓ ਵੀ ਸਾਡਾ ਤਾਂ ਨਿਕਲ ਆਇਆ ਮਾਸ਼ਾਅੱਲਾ। ਅਤੇ ਇੱਕ ਮਿੱਟੀ ਦੀ ਹਾਂਡੀ ਦੇ ਵਿੱਚ ਨਾ ਸਾਲਨ ਵੈਸੇ ਹੀ ਬਹੁਤ ਪਿਆਰਾ ਬਣਦਾ ਹੈ ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅੱਗੇ ਪਹਿਲੇ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਸਾਲਨ ਸਹੀ ਬੱਚਿਆਂ ਦੇ ਸ਼ੌਕ ਦਾ ਬਣਾਈਦਾ ਕਿ ਸਾਲਨ ਥੋੜ੍ਹਾ ਜਿੰਨਾ ਬਿਹਤਰ ਬਣਾ ਦਈਏ। ਅਤੇ ਸਾਡਾ ਗਰੀਬਾਂ ਬੰਦਿਆਂ ਦਾ ਤਾਂ ਸਾਲਨ ਇਹੀ ਹੁੰਦਾ ਹੈ, ਹਰੀਆਂ ਮਿਰਚਾਂ ਅਤੇ ਲਾਲ ਮਿਰਚਾਂ ਅਤੇ ਬਸ ਇੱਕ ਚਮਚ ਘਿਓ ਦਾ ਅਤੇ ਬਾਕੀ ਜੋ ਸੁਣੇ ਅੱਲਾਹ ਤਾਲਾ ਨੂੰ ਮਨਜ਼ੂਰ ਉੱਦਾਂ ਹੀ ਹੁੰਦਾ। ਅਤੇ ਅੱਲਾਹ ਤਾਲਾ ਕਿਸੇ ਦਿਨ ਸਾਡੇ ਵੀ ਹਾਲਾਤ ਸੈੱਟ ਕਰ ਹੀ ਦੇਗਾ, ਅੱਲਾਹ ਤਾਲਾ ਸਭ ਦੀ ਸੁਣਦਾ, ਅੱਲਾਹ ਤਾਲਾ ਸਾਡੀ ਵੀ ਜ਼ਰੂਰ ਸੁਣੇਗਾ ਅਤੇ ਬਾਕੀ ਅੱਲਾਹ ਤਾਲਾ ਸਭ ਦੀ ਸੁਣਦਾ, ਇੱਕ ਦਿਨ ਸਾਡੀ ਜ਼ਰੂਰ ਸੁਣੇਗਾ। ਅਤੇ ਬਾਕੀ ਹਾਂਡੀ ਹੁਣ ਤਿਆਰ ਹੋ ਗਈ, ਆ ਦੇਖੋ ਬਹੁਤ ਪਿਆਰੀਆਂ ਭਿੰਡੀਆਂ ਤਿਆਰ ਹੋਈਆਂ ਨੇ ਅਤੇ ਅੱਜ ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਮੁਹੰਮਦ ਹਮਜ਼ਾ, ਅਕਸਾ ਅਤੇ ਆਇਸ਼ਾ ਬਹੁਤ ਸ਼ੌਕ ਨਾਲ ਭਿੰਡੀਆਂ ਖਾਂਦੇ ਨੇ ਅਤੇ ਇਹ ਵੀ ਪਤਾ ਨਹੀਂ ਹਮਜ਼ਾ ਦੇ ਅੱਬੂ ਅੱਜ ਕਿੱਦਾਂ ਲੈ ਕੇ ਆਏ ਨੇ, ਕਿਉਂਕਿ ਕੰਮ ਵਗੈਰਾ ਮਿਲਣ ਨਹੀਂ ਦੇ ਅਤੇ ਬਹੁਤਾ ਜ਼ੋਰ ਮੈਂ ਵੀ ਨਹੀਂ ਦਿੰਦੀ, ਮੈਨੂੰ ਵੀ ਪਤਾ ਹੀ ਹੈ ਘਰਾਂ ਦੇ ਹਾਲਾਤ ਕਿੱਦਾਂ ਦੇ ਹੁੰਦੇ ਨੇ ਅਤੇ ਜਿਸ ਇਨਸਾਨ ਦੇ ਕੋਲ ਆਪਣੀ ਜਗ੍ਹਾ ਵੀ ਨਹੀਂ ਹੋਣੀ ਅਤੇ ਉਹ ਇੱਕ ਦੀਵਾਰ ਡਿੱਗਣ ਗਿਰਨ ਵਾਲੀ ਹੋਈ ਹੈ ਅਤੇ ਉੱਥੇ ਫਿਰ ਫਰਮਾਇਸ਼ਾਂ ਵੀ ਨਹੀਂ ਬਣਦੀਆਂ ਨੇ। ਅਤੇ ਬਾਕੀ ਅੱਲਾਹ ਤਾਲਾ ਦੇ ਅੱਗੇ ਦੁਆ ਹੈ ਭੈਣ ਭਾਈ ਸਾਡੇ ਵਾਸਤੇ, ਦੁਆ ਕੀਤੀ ਕਰੋ ਕਿ ਸਾਡੇ ਹਾਲਾਤ ਸੈੱਟ ਹੀ ਹੋ ਜਾਣ। ਹੁਣ ਵਿੱਚ ਪਾਉਂਦੇ ਹਾਂ ਪਿਆਜ਼, ਇੱਦਾਂ ਘਿਓ ਥੋੜ੍ਹਾ ਲੱਗਦਾ ਅਤੇ ਹਾਂਡੀ ਖਿੜੀ ਖਿੜੀ ਜਿਹੀ ਰਹਿੰਦੀ, ਸੋਹਣੀ ਬਣਦੀ ਹੈ। ਅੰਮਾ ਜੀ ਹਾਂਜੀ, ਆਪਣੇ ਚਾਹ ਵਾਲੇ ਵੀ ਕੰਧ ਟਿੱਕਣ ਵਾਲੇ? ਹਾਂਜੀ ਫਿਰ ਤਾਂ ਚਾਹ ਡਿੱਗਣ ਵਾਲੀਆਂ ਹੀ ਨੇ ਨਾ ਕੰਧਾਂ ਸਾਰੀਆਂ। ਬਾਕੀ ਪਿਆਜ਼ ਵਿੱਚ ਮੈਂ ਪਾਤੇ ਨੇ ਮਾਸ਼ਾਅੱਲਾ ਦੇਖੋ, ਅਤੇ ਹੁਣ ਲਾਉਂਦੇ ਹਾਂ ਦਮ। ਮਾਸ਼ਾਅੱਲਾ ਬਹੁਤ ਪਿਆਰਾ ਸਾਲਨ ਤਿਆਰ ਹੋਇਆ ਮਾਸ਼ਾਅੱਲਾ।